ਕਿ ਚਾਂਦੀ ਸੋਨੇ ਤੇ ਹੀਰੇ ਦੀ ਕਾਨ ਤੇ ਟੈਕਸ, ਚਾਂਦੀ ਸੋਨੇ ਤੇ ਹੀਰੇ ਦੀ ਕਾਨ ਤੇ ਟੈਕਸ, ਬੈਠਕ ਡਿਉੜੀ ਚਬਾਰੇ ਦਲਾਨ ਤੇ ਟੈਕਸ, ਟੈਕਸ ਲੱਗਾ ਦੁਕਾਨ ਮਕਾਨ ਤੇ ਟੈਕਸ, ਬੈਠੇ ਥੜੇ ਤੇ ਲੱਗਾ ਬਲਵਾਨ ਤੇ ਟੈਕਸ, ਅਕਲਮੰਦ ਤੇ ਨਾਲ ਨਦਾਨ ਦੇ ਟੈਕਸ, ਪਾਣੀ ਪੀਣ ਤੇ ਰੋਟੀ ਦੇ ਖਾਣ ਤੇ ਟੈਕਸ, ਆਏ ਗਏ ਮੁਸਾਫਿਰ ਮਹਿਮਾਨ ਤੇ ਟੈਕਸ, ਅੰਜੀਲ ਤੇ ਟੈਕਸ, ਕੁਰਾਨ ਤੇ ਟੈਕਸ, ਲੱਗ ਜਾਏ ਨਾ ਦੀਨ ਇਮਾਨ ਤੇ ਟੈਕਸ, ਇਨਸਾਨ ਤੇ ਟੈਕਸ, ਹੈਵਾਨ ਤੇ ਦੂਣਾ ਮੋਏ ਤੇ ਜਿਉਂਦੇ ਦੀ ਜਾਨ ਤੇ ਟੈਕਸ, ਇਸ ਵਾਸਤੇ ਬੋਲਦਾ ਨਹੀਂ ਦਾਮਨ ਮਤਾ ਲੱਗ ਜਾਏ ਮੇਰੀ ਜ਼ਬਾਨ ਤੇ ਟੈਕਸ। ਆਜ਼ਾਦੀ ਦੇ ਨਾਂ ਤੇ ਜੋ ਨਾਰੇ ਲਾਏ ਗਏ ਦੋਨਾਂ ਦੇਸ਼ਾਂ ਅੰਦਰ, ਔਰ ਉਹਨਾਂ ਤੋਂ ਬਾਅਦ ਆਜ਼ਾਦ ਹੋਣ ਤੋਂ ਬਾਅਦ ਇੱਥੋਂ ਦੀਆਂ ਹਕੂਮਤਾਂ ਨੇ, ਇੱਥੋਂ ਦੀਆਂ ਤਾਕਤਾਂ ਨੇ ਆਮ ਬੰਦੇ ਨਾਲ ਕੀ ਕੀਤੀ ਔਰ ਆਮ ਬੰਦੇ ਦੀ ਕੀ ਹਾਲਤ ਹੈ, ਉਸ 'ਤੇ ਉਸਤਾਦ ਜੀ ਆਖਦੇ ਨੇ, ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ, ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ, ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ, ਕੁਝ ਉਮੀਦ ਹੈ ਜ਼ਿੰਦਗੀ ਮਿਲ ਜਾਵੇ, ਮੋਏ ਤੁਸੀਂ ਵੀ ਹੋ ਮੋਏ ਅਸੀਂ ਵੀ ਹਾਂ, ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਡੋਏ ਤੁਸੀਂ ਵੀ ਹੋ ਡੋਏ ਅਸੀਂ ਵੀ ਹਾਂ, ਜਾਗਣ ਵਾਲਿਆਂ ਰੱਜ ਕੇ ਲੁੱਟਿਆ ਹੈ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ, ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਉਸਤਾਦ ਜੀ ਦੀ ਇੱਕ ਮਸ਼ਹੂਰ ਨਜ਼ਮ ਹੈ ਜਿਹਦੇ ਵਿੱਚ ਉਹਨੇ ਕਿਸ ਤਰੀਕੇ ਨਾਲ ਅਵਾਮੀ ਹੱਕਾਂ ਨੂੰ ਖਾਧਾ ਜਾਂਦਾ ਹੈ ਅਤੇ ਖਾਣ ਵਾਲੇ ਕੌਮ ਨੇ ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਪਰਦੇ ਚੁੱਕਦੇ ਨੇ, ਔਰ ਇਸ ਹੱਦ ਤੱਕ ਸਿੱਧੀ ਤਨਕੀਦ ਸ਼ਾਇਦ ਹੀ ਕੋਈ ਸ਼ਾਇਰ ਕਰ ਗਿਆ ਹੋਵੇ। ਆਪ ਲਿਖਦੇ ਨੇ, ਕੌਮ ਦੇ ਗੱਦਾਰੋ ਅਤੇ ਪੁਕਾਰੇ ਅਤੇ ਕੁਕਾਰੋ, ਹੁਣ ਗਏ ਹੋਏ ਫਿਰੰਗੀਆਂ ਨੂੰ ਮੁੜ ਕੇ ਹੁਣ ਬੁਲਾਈ ਜਾਓ, ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ, ਬੰਦਾ ਬੰਦਾ ਟੋਟੇ ਟੋਟੇ ਹੁੰਦਾ ਅਤੇ ਕਰਾਈ ਜਾਓ, ਖਾਈ ਜਾਓ ਖਾਈ ਜਾਓ, ਬੇਤ ਕਿੰਨੇ ਖੋਲਣੇ, ਵਿੱਚੋ ਵਿੱਚੀ ਖਾਈ ਜਾਓ, ਉੱਤੂ ਰੌਲਾ ਪਾਈ ਜਾਓ, ਭੁੱਖਾਂ ਕੋਲੋਂ ਆ ਕੇ ਤੰਗ ਲੋਕਾਂ ਬਾਂਗਾਂ ਦਿੱਤੀਆਂ, ਕੋਰਮਾ ਪੁਲਾਓ ਰੱਜ ਘਰਾਂ 'ਚ ਉਡਾਈ ਜਾਓ, ਚਾਰੇ ਪਾਸੇ ਕੌਰਾਂ ਨੇ ਮਿੱਟੀ ਉੱਡਦੀ ਜਾਪਦੀ, ਪੱਖੀ ਵਾਸ ਪੈਦਾ ਕਰੋ ਕੋਠੀਆਂ ਬਣਾਈ ਜਾਓ। ਚਾਚਾ ਦੇ ਭਤੀਜੇ ਨੂੰ, ਭਤੀਜਾ ਦੇਵੇ ਚਾਚੇ ਨੂੰ, ਆਪੋ ਵਿੱਚ ਵੰਡੀ ਜਾਓ ਅਤੇ ਆਪੋ ਵਿੱਚ ਖਾਈ ਜਾਓ, ਅੰਨਾ ਮਾਰੇ ਅੰਨੀ ਨੂੰ ਗਸੁੰਨ ਵੱਜੇ ਥੰਮੀ ਨੂੰ, ਜਿੰਨੀ ਤੁਹਾਥੂ ਅੰਨੀ ਪੈਂਦੀ ਓਨੀ ਅੰਨੀ ਪਾਈ ਜਾਓ, ਮਰੀ ਦੀਆਂ ਚੋਟੀਆਂ ਅਤੇ ਛੁੱਟੀਆਂ ਗੁਜ਼ਾਰ ਕੇ ਗਰੀਬਾਂ ਨੂੰ ਕਸ਼ਮੀਰ ਦੀ ਸੜਕੋ ਸੜਕੀ ਪਾਈ ਜਾਓ, ਡੇਢ ਬਰੋ ਆਪਣੇ ਅਤੇ ਇਹਨਾਂ ਦੀ ਕੀ ਲੋੜ ਹੈ, ਡੇਢ ਬਰੋ ਆਪਣੇ ਅਤੇ ਇਹਨਾਂ ਦੀ ਕੀ ਲੋੜ ਹੈ, ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ, ਬੰਦ ਜੇ ਸ਼ਰਾਬ ਕੀਤੀ ਵਾਰੇ ਜਾਈਏ ਬੰਦਿਸ਼ਾਂ ਦੇ, ਬੰਦ ਜੇ ਸ਼ਰਾਬ ਕੀਤੀ ਵਾਰੇ ਜਾਈਏ ਬੰਦਿਸ਼ਾਂ ਦੇ, ਗਰੋ ਗਰੀ ਪੇਟੀਆਂ ਅਤੇ ਪੇਟੀਆਂ ਪਹੁੰਚਾਈ ਜਾਓ, ਤੋਲਾ ਮਾਸਾ ਰੋਲ ਕੇ ਗਰੀਬਾਂ ਦੀ ਕਮਾਈ 'ਚੋਂ, ਅਮਰੀਕਾ ਕੋਲੋਂ ਕਾਰਾਂ ਉੱਤੇ ਕਾਰਾਂ ਮੰਗਵਾਈ ਜਾਓ, ਖਾਈ ਜਾਓ ਖਾਈ ਜਾਓ, ਬੇਦ ਕਿੰਨੇ ਖੋਲਣੇ, ਵਿੱਚੋ ਵਿੱਚੀ ਖਾਈ ਜਾਓ, ਉੱਤੂ ਰੋਲਾ ਪਾਈ ਜਾਓ। ਉਸਤਾਦ ਜੀ ਚੰਗੀ ਤਰ੍ਹਾਂ ਸਮਝਦੇ ਸੀ ਕਿ ਕਿਸੇ ਵੀ ਬੰਦੇ ਦਾ ਧਰਤੀ ਨਾਲ ਜੁੜੇ ਬਿਨਾਂ ਰਿਸ਼ਤਾ ਜਦੋਂ ਤੱਕ ਕਾਇਮ ਨਹੀਂ ਹੁੰਦਾ ਉਦੋਂ ਤੱਕ ਉਹ ਖਾਲੀ ਹੀ ਰਹੇਗਾ, ਔਰ ਧਰਤੀ ਦੇ ਉੱਪਰ ਉਹ ਰੰਗ ਪੈਦਾ ਨਹੀਂ ਹੋ ਸਕਦੇ ਜੋ ਹੋਣੇ ਚਾਹੀਦੇ ਨੇ। ਇਸ ਲਈ ਤਾਂ ਉਹ ਫਿਜ਼ਾਈ ਅਤੇ ਖਿਲਾਈ ਕਿਸਮ ਦੇ ਨਾਰਿਆਂ ਅਤੇ ਫਲਸਫਿਆਂ ਦੀ ਨਿੰਦਿਆ ਕਰਦੇ ਨੇ ਅਤੇ ਆਖਦੇ ਨੇ, ਖਬਰੇ ਕਿਉਂ ਨਹੀਂ ਜ਼ਮੀਨ ਦੀ ਗੱਲ ਕਰਦੇ, ਬੰਦੇ ਜਿਹੜੇ ਪੁਤਲੇ ਖਾਕ ਦੇ ਨੇ।
ਖਬਰੇ ਕਿਉਂ ਨਹੀਂ ਜ਼ਮੀਨ ਦੀ ਗੱਲ ਕਰਦੇ ਬੰਦੇ ਜਿਹੜੇ ਪੁਤਲੇ ਖਾਕ ਦੇ ਨੇ ਰੱਜ ਖਾਂਦਿਆਂ ਨੂੰ ਗੱਲਾਂ ਆਉਂਦੀਆਂ ਨੇ ਲੱਗੇ ਆਟਾ ਅਤੇ ਤਬਲੇ ਪਟਾਖਦੇ ਨੇ ਔਰ ਇੱਥੇ ਬਸ ਨਹੀਂ ਕਰਦੇ ਫਿਰ ਅੱਗੇ ਜਾ ਕੇ ਇੱਕ ਹੋਰ ਕਹਿੰਦੇ ਨੇ ਕਿ ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ ਹਰੀ ਭਰੀ ਇਹ ਬੰਜਰ ਜ਼ਮੀਨ ਹੋ ਜਾਏ ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ ਹਰੀ ਭਰੀ ਇਹ ਬੰਜਰ ਜ਼ਮੀਨ ਹੋ ਜਾਏ ਇਹਦੇ ਚਿਹਰੇ 'ਤੇ ਸੁਰਖੀ ਚਾਹੀਦੀ ਏ ਮੇਰੇ ਖੂਨ ਤੋਂ ਬਾਵੇਂ ਰੰਗੀਨ ਹੋ ਜਾਏ ਉਸਤਾਦ ਦਾਮਨ ਨੇ ਲੋਕਾਂ ਨਾਲ ਅਤੇ ਜ਼ਮੀਨ ਨਾਲ ਰੱਜ ਕੇ ਪਿਆਰ ਕੀਤਾ ਇਸ ਲਈ ਤਾਂ ਲੋਕਾਂ ਨੇ ਉਹਨਾਂ ਨਾਲ ਵੀ ਰੱਜ ਪਿਆਰ ਕੀਤਾ ਆਪ ਜਿੱਥੇ ਜਾਂਦੇ ਉੱਥੇ ਇੱਕ ਮਹਿਫਿਲ ਸੱਜ ਜਾਂਦੀ ਔਰ ਮੁਸ਼ਾਇਰਾ ਕੋਈ ਐਸਾ ਨਹੀਂ ਸੀ ਹੁੰਦਾ ਜੋ ਆਪ ਦੇ ਨਾਂ ਨਹੀਂ ਹੁੰਦਾ ਸੀ ਔਰ ਜਿਵੇਂ ਹਰ ਇਨਸਾਨ ਨੂੰ ਇਸ ਦੁਨੀਆ ਤੋਂ ਤੁਰਨਾ ਹੈ ਉਸਤਾਦ ਦਾਮਨ ਵੀ 3 ਦਸੰਬਰ 1984 ਨੂੰ ਇਸ ਦੁਨੀਆ ਤੋਂ ਤੁਰ ਗਏ ਲੇਕਿਨ ਉਹਨਾਂ ਦਾ ਕਲਾਮ ਜ਼ਿੰਦਾ ਹੈ ਉਹਨਾਂ ਦਾ ਫਲਸਫਾ ਉਹਨਾਂ ਦਾ ਨਜ਼ਰੀਆ ਜ਼ਿੰਦਾ ਹੈ ਔਰ ਅੱਜ ਕਾਸ਼ ਕਿ ਸਾਡੇ ਇੱਥੋਂ ਦੇ ਆਇਨਸਾਜ਼ ਇੱਥੋਂ ਦੀਆਂ ਤਾਕਤਾਂ ਇੱਧਰ ਦੀਆਂ ਉੱਧਰ ਦੀਆਂ ਖੱਬੇ ਪਾਸੇ ਦੀਆਂ ਸੱਜੇ ਪਾਸੇ ਦੀਆਂ ਇਹ ਜਾਣ ਲੈਣ ਕਿ ਸਾਨੂੰ ਇਸ ਧਰਤੀ ਨੂੰ ਹਸੀਨ ਬਣਾਉਣ ਵਾਸਤੇ ਕਿਸੇ ਹੋਰ ਨਜ਼ਰੀਏ ਦੀ ਲੋੜ ਨਹੀਂ ਸਾਨੂੰ ਬੁੱਲੇ ਸ਼ਾਹ ਦੀ ਲੋੜ ਹੈ ਸਾਨੂੰ ਉਸ ਫਿਕਰ ਦੀ ਲੋੜ ਹੈ ਜੋ ਸ਼ਾਹ ਹੁਸੈਨ ਦੀ ਸੀ ਔਰ ਸਾਨੂੰ ਉਸ ਰੋਸ਼ਨੀ ਦੀ ਲੋੜ ਹੈ ਜੋ ਬੁੱਲੇ ਸ਼ਾਹ ਨੇ ਆਪਣੀ ਸ਼ਾਇਰੀ ਰਾਹੀਂ ਦਿੱਤੀ ਔਰ ਉਸਤਾਦ ਦਾਮਨ ਨੇ ਉਸ ਨੂੰ ਪੂਰੇ ਪੰਜਾਬ ਦੇ ਵਿੱਚ ਫੈਲਾਇਆ ਉਸਤਾਦ ਦਾਮਨ ਦਾ ਕਲਾਮ ਨਿਸਾਬ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਅਗਰ ਕੋਈ ਜਮਹੂਰੀਅਤ ਦਾ ਨਿਸਾਬ ਇੱਥੇ ਪੜ੍ਹਾਇਆ ਜਾਵੇ ਤਾਂ ਉਹਦਾ ਵੱਡਾ ਬਾਗ ਉਸਤਾਦ ਦਾਮਨ ਦੇ ਨਾਮ ਕੀਤਾ ਜਾਵੇ ਔਰ ਪੰਜਾਬੀ ਜ਼ਬਾਨ 'ਤੇ ਜੋ ਪਾਬੰਦੀਆਂ ਲਾਈਆਂ ਗਈਆਂ ਹਨ ਅਗਰ ਉਹਨਾਂ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਪਿੱਛੇ ਉਸਤਾਦ ਦਾਮਨ ਬਚੇਗਾ ਪਿੱਛੇ ਅਵਾਮੀ ਆਜ਼ਾਦੀਆਂ ਬਚਣਗੀਆਂ ਪਿੱਛੇ ਖੁਸ਼ਹਾਲੀ ਬਚੇਗੀ ਔਰ ਇਹ ਕੰਮ ਇੱਕ ਦਿਨ ਹੋ ਕੇ ਰਹਿਣਾ ਹੈ ਉਸਤਾਦ ਦਾਮਨ ਦਾ ਖਾਬ ਬੁੱਲੇ ਸ਼ਾਹ ਦਾ ਖਾਬ ਬਾਬਾ ਫਰੀਦ ਦਾ ਖਾਬ ਇਹ ਸਭ ਪੂਰਾ ਹੋ ਕੇ ਰਹਿਣਾ ਹੈ ਔਰ ਇਹਦੇ ਨਾਲ ਨਾਲ ਅੱਜ ਦੇ ਪੰਜਾਬੀਆਂ ਦਾ ਉਹਨਾਂ ਹੁਰੀਅਤ ਪਸੰਦਾਂ ਦਾ ਉਹਨਾਂ ਜਮਹੂਰ ਪਸੰਦਾਂ ਦਾ ਇਹ ਦੇਸ਼ ਇਹਨਾਂ ਕੈਦਾਂ ਤੋਂ ਇਹਨਾਂ ਪਾਬੰਦੀਆਂ ਤੋਂ ਇੱਕ ਦਿਨ ਜ਼ਰੂਰ ਆਜ਼ਾਦ ਹੋਏਗਾ ਜਿਸ ਦਿਨ ਪੰਜਾਬੀ ਗੂੰਜੇਗੀ ਅਸਲ ਆਪਣੀ ਰੂਹ ਦੇ ਨਾਲ ਅਸਲ ਆਪਣੇ ਜਮਹੂਰ ਦੇ ਨਾਲ ਇਜਾਜ਼ਤ ਦਿਓ ਅਗਲੀ ਮਿਲਦੇ ਹਾਂ ਕਿਸੇ ਵੀਡੀਓ ਦੇ ਨਾਲ।